ਓ ਛੀ ਹੁੰਦੀ ਏ ਓ ਲੇਲੇ ਮੁੰਨਣ ਵਾਲੀ ਮਸ਼ੀਨ ਓ ਯਾਨੀ ਕਿ ਤੂੰ ਮੈਂ ਜਗਨੂ ਓ ਇਹ ਕਿੱਥੋਂ ਲਈ ਹੋ ਮਾਸ਼ਾਅੱਲਾ ਪਰਸੋਂ ਸਾਈਵਾਲ ਨੂੰ ਲੈ ਕੇ ਆਇਆ 62,000 ਰੁਪਏ ਦੀ 65,000 ਕਮੀ ਕੋਈ ਨੀ, ਬਸ ਵਾਧਾ ਥੋੜਾ ਜਿਹਾ ਜ਼ਿਆਦਾ। ਨਹੀਂ ਮੰਨ ਰਿਹਾ ਤੈਨੂੰ ਆਹ, ਮਰਨਾ ਹੀ ਮਰਨਾ ਹੀ ਮਰਨਾ ਹੀ। ਨਹੀਂ ਜੀ, ਕਿਉਂ ਮਰਨਾ? ਮਰਨਾ ਹੀ ਨਹੀਂ ਨਹੀਂ ਕਿਉਂ ਨੀ ਪਿਆਰ ਕਰਦਾ? ਦੱਸੋ ਨਹੀਂ ਕਰਦਾ ਮੈਂ ਪਿਆਰ ਏਦਾਂ, ਤੂੰ ਕਹਦਾ ਮਾਮੇ ਖਾ ਬਣਿਆ। ਕਰਨਾ ਹੀ ਕਿ ਨਹੀਂ? ਨਹੀਂ ਕਰਨਾ, ਇੱਕ ਥਾਣੇ ਵਾਲੀ ਬੱਕਰੀ ਹੁੰਦੀ, ਨਹੀਂ ਕਰਨਾ। ਤੇ ਕਿਹਦੇ ਨਾਲ ਕਰਨਾ? ਇਹਦੇ ਨਾਲ ਮੈਂ ਪਿਆਰ ਕਰਦਾ? ਕਹਿੰਦਾ ਤੈਨੂੰ ਫਾਇਦਾ ਕੀ ਹੈ? ਫਿਰ ਮੈਨੂੰ ਇਹ ਦੱਸ, ਹੋਰ ਕੀ ਚਾਹੀਦਾ ਮੈਨੂੰ? ਉਹ ਕੀ ਖੂਬੀ ਇਹਦੇ ਵਿੱਚ? ਹਾਏ ਕੀ ਹੈ ਜੀ? ਮਸ਼ੂਕ ਮਹਿੰਗਾ ਹੈ ਨਹੀਂ, 10 ਰੁਪਏ ਦਾ ਮਸ਼ੂਕ ਹੈ ਵੇ। ਇਹਦੇ ਨਾਲ ਵਿਆਹ ਕਰ ਲਾ, ਅਮੀਰ ਹੈ, ਕਿੱਥੋਂ ਮੈਂ ਲੰਡੇ ਚੋਂ ਲੱਭਦਾ ਫਿਰਾਂਗਾ? ਟੀ ਸ਼ਰਟਾਂ ਤੂੰ ਸਾਨੂੰ ਬੇਵਕੂਫ ਸਮਝਦਾ? ਨਹੀਂ ਮੈਂ ਤੈਨੂੰ ਕਿਉਂ ਸਮਝਣਾ, 15 ਪੈਸੇ ਟੁੱਟੇ ਹੁੰਦੇ। ਛੱਡ ਦੇ, ਮੈਂ ਇਹਦੇ ਨਾਲ ਪਿਆਰ ਕਰਦਾ, ਮੈਂ ਇਹਦੇ ਨਾਲ ਮੁਹੱਬਤ ਕਰਦਾ, ਮੈਂ ਇਹਦੇ ਨਾਲ ਸ਼ਾਦੀ ਕਰਾਂਗਾ। ਇੱਕ ਵਾਰੀ ਉਹਨੂੰ ਵੇਖ, ਉਹ ਵੇਖ ਤੇ ਲੈ, ਤੂੰ ਕੀ ਤੁਰ ਕੇ ਆ ਉਧਰ, ਤੁਸੀਂ ਤੁਰ ਕੇ ਜਾਓ, ਤੁਰੇ ਜਾਓ। ਹੋਰ ਕੀ ਚਾਹੀਦਾ ਮੈਨੂੰ? ਆਈ ਲਵ ਸੀ। ਇੱਕ ਮਿੰਟ ਹੈਰੀ, ਉਧਰ ਜਾਓ ਜੀ, ਵਾਪਸ ਆਓ, ਦੋਵੇਂ ਪਾਸੇ ਇੱਕ ਵਜੇ। ਓਏ ਮਾਲਕ, ਓਏ ਅੱਲਾ ਦੇ ਬੰਦੇ ਆ, ਅੱਲਾ ਦੇ ਬੰਦੇ। ਸ਼ਾਦੀ ਉਹਦੇ ਨਾਲ ਬੰਦਾ ਕਰੇ ਜਾਂਦੀ ਸਿਹਤ ਪੋਠੀ ਨਾ ਪਤਾ ਲੱਗੇ, ਮਾਲਕ ਨਹੀਂ ਇਹਦੀ ਪਤਾ। ਅੱਲਾ ਦੇ ਬੰਦੇ ਸਰ, ਮੈਂ ਇਹਦੇ ਨਾਲ ਪਿਆਰ ਕਰਨਾ ਵਾ, ਚਾਚਾ ਕੰਦੂਈ ਸਾਈ। ਆਰਡਰ ਲਾਓ ਜੀ ਤੁਸੀਂ। ਦੱਸੋ ਜੀ ਕੀ ਹੁਕਮ ਹੈ? ਜੋਗਰੇ ਦੇ ਆਖਰੀ ਫੈਸਲਾ ਤੇ ਮੈਨੂੰ ਪਿਆਰ ਨਹੀਂ ਕਰਦਾ? ਨਹੀਂ ਕਰਦਾ ਬੀਬੀ ਜੀ, ਮੈਂ ਵੇਖੋ ਨਾ, ਓਏ ਸਹੂਲਤਾਂ ਤੇ ਵੇਖੋ ਜ਼ਾਲਮੋ, ਨਜ਼ਰ ਆ ਰਹੀ ਹੈ ਸਾਨੂੰ। ਹੁਕਮ ਕਰੋ ਜੀ। ਆਲਾ ਇਹਨੂੰ ਪਾਲੇ ਲੰਮਿਆ, ਇਹਨੂੰ ਲੰਮਿਆ ਨਾ ਪਾਣਾ, ਇਹ ਸੌਂ ਜਾਂਦਾ। ਮੇਰੇ ਨਾਲ ਹੋਈ ਇੱਕ ਦੋ ਵਾਰੀ ਪਹਿਲੇ, ਮੇਰੀ ਮੰਨੋ, ਇਹਦੀਆਂ ਇੱਥੋਂ ਲੱਤਾਂ ਵੱਢ ਦਿਓ, ਐ ਬਾਹਾਂ ਵੱਢ ਦਿਓ ਤੇ ਐ ਗਰਦਨ ਵੱਢ ਦਿਓ। ਵਾਓ, ਯਾਨੀ ਕਿ ਹਾਫ ਸਲੀਵ ਸਵੈਟਰ। ਮੈਂ ਇਹਦੇ ਨਾਲ ਬਸ ਪਿਆਰ ਕਰ, ਆਲਾ ਮੈਨੂੰ ਲੰਮੇ ਪਾ ਕੇ ਕੋ ਜਾ। ਇੱਕ ਮਿੰਟ ਠਹਿਰੋ, ਲਾਲੇ ਦੀ ਜਾਨ ਬੋਲੋ ਬੋਲੋ, ਇਹਨੂੰ ਲੰਮਿਆ ਪਾ ਲੈ, ਆ ਜਾ ਫਿਰ ਇਧਰ ਆ ਜੋ, ਅੰਦਰ ਤੋਂ ਬੜਾ ਇਸਤਰੀ ਸਟੈਂਡ ਲਾਇਆ, ਬਾਹਰੋਂ ਟਿਕਟਕੀ ਲੈ ਕੇ ਆ। ਜ਼ਿਆਦਾ ਟਿਕਟਕੀ ਨਾ ਲਾਓ, ਮੈਂ ਤੁਹਾਨੂੰ ਦੱਸ ਦਿਆਂ ਤੈਨੂੰ ਕਿਸ ਵਜ੍ਹਾ ਤੋਂ ਬਾਹਰ ਪਏਗੀ ਕਿ ਮੈਂ ਸੱਚ ਬੋਲਿਆ। ਲਿਆ ਓਏ, ਐ ਵੇਖ ਰਹੇ। ਅੱਛਾ ਜੀ, ਇਹ ਚਲਦੀ ਹੈ ਜੀ? ਮੈਂ ਤੇਰਾ ਸਮਨਾ ਬਾਹਰ ਲਾਇਆ, ਲਾਉਂਦੇ ਸਮਨਾ ਚੱਲ, ਆਲਮ ਨੂੰ ਆ ਕੱਪੜੇ ਦੇ। ਇਧਰ ਆ, ਐ ਲਾ ਕੁੜਤਾ। ਅੱਛਾ ਜੀ, ਕੁੜਤਾ ਲਾ, ਦਿੱਲਿਆ ਐਂ ਲੈਂਦੇ ਕੁੜਤਾ, ਕੁੜਤਾ ਵੀ ਨਹੀਂ ਲਾਣ ਆਉਂਦਾ। ਇਧਰ ਵੇਖ, ਮੈਨੂੰ ਸਜ਼ਾ ਦਿਓ, ਪਰ ਉਹ ਲੱਗਦੇ ਹੋ ਮੈਂ ਸਾਰੀ ਜ਼ਿੰਦਗੀ ਸ਼ਰਮਿੰਦਾ ਸ਼ਰਮਿੰਦਾ ਫਿਰਦਾ, ਮੈਨੂੰ ਮਾਰੋ ਲੇਕਿਨ ਧਿਆਨ ਨਾਲ। ਹਾਂ ਉਧਰ ਮੂੰਹ ਕਰ, ਮੈਂ ਨਹੀਂ, ਮੈਨੂੰ ਤੁਹਾਡੇ ਕੋਲ ਖਤਰਾ ਹੈ। ਉਹ ਬੇਵਕੂਫਾ, ਇੱਧਰ 3 ਨੇ, ਉੱਧਰ 300 ਨੇ, ਉਹ ਫਿਰ ਵੀ ਲਿਆਦ ਕਰਨਗੇ ਮੇਰਾ। ਬਾਹਾਂ ਥੱਲੇ ਕਰ। ਖਾ ਸਾਹਿਬ ਪੁੱਛੋ, ਅਗਰ ਇੱਥੇ ਅੱਜ ਕਰਕੇ ਮੇਰੇ ਹੱਥ ਬੰਨੇ ਹੋਣ ਤੁਹਾਡੇ ਵਾਸਤੇ, ਇਹਦੇ ਖੋਏ ਮਲਾਈਆਂ ਹੀ ਹੈ। ਉਹ ਪਠਾਨ ਵੇਖ ਲਿਆ, ਇੱਕ ਪਠਾਨ ਨੇ ਨਸਵਾਰ ਦੀ ਦੁਕਾਨ ਪਾਈ, ਪੂਰੇ ਪਿੰਡ ਦੇ ਪਠਾਨ ਨੂੰ ਜੁੱਤੀਆਂ ਮਾਰੀਆਂ। ਉਹ ਕਿਉਂ? ਬਾਹਰ ਲਿਖਿਆ ਸੀ ਲੇਡੀਜ਼ ਕੇ ਲਈ ਪਰਦੇ ਕਾ ਇੰਤਜ਼ਾਮ ਹੈ। ਪਿੱਛੇ ਪਿੱਛੇ ਹੋ ਜਾਓ ਬਈ,
ਮਾਰਨਾ ਹੀ ਪੈਣਾ ਬਾਈ। ਮਾਂ ਹੱਡ ਲਾਓ ਜੀ, ਇੰਨੀ ਜ਼ੋਰ ਦੀ ਮਾਰ ਨਹੀਂ ਰਿਹਾ, ਨੌਵਾਂ ਕਿਉਂ ਮਾਰਿਆ? ਅੰਨੀ ਦਿਆ ਡਰਾਮਾ ਹੋ ਰਿਹਾ। ਸ਼ਿਮਲਾ ਉਹਨਾਂ ਟਿਕਟਾਂ ਲਈਆਂ, ਉਹਨਾਂ ਨੂੰ ਇੰਜ ਹੀ ਦੱਸਣਾ ਕਿ ਬਹੁਤ ਜ਼ੋਰ ਦੀ ਵੱਜ ਰਹੀ ਹੈ। ਅੱਗੇ ਹੋ ਜਾ, ਕੁਕੜੀ ਦਾ ਵਿੰਗਸ ਹੁੰਦਾ। ਨਹੀਂ ਚੁਰਾਣੀਏ, ਆਪਣਾ ਪੈਪ ਮਾਰਨ ਵਾਲਾ ਬਦਲ ਲੈ, ਥੱਕ ਗਿਆ ਈ। ਹਾਲੇ ਤੇ ਸਾਡੇ ਪਿੰਡੇ ਦਾ ਥਕਾਵਾ ਵੀ ਨੀ ਲਿਖਿਆ। ਮਾਰ ਚਾਚਾ ਚੁਈ ਚਲੰਗ। ਮਾਰ ਡਿਪਟੀ। ਮੈਨੂੰ ਤਿਆਰ ਨਾ ਤਾਂ ਲੈ, ਉਹ ਕੰਜਰ ਮਾਰੀ ਜਾ ਰਿਹਾ ਮੈਨੂੰ। ਇਹ ਕਿੱਥੇ ਦਾ ਡਰਾਮਾ? ਇਹ ਦੱਸਣਾ ਜ਼ੋਰ ਦੀ ਵੱਜ ਰਹੀ ਏ। ਚੱਲ ਮੇਰੀ ਵਾਰੀ, ਚੱਲ ਆ ਫਿਰ ਅੰਦਰ। ਮੈਂ ਨੀ ਮਾਰਦਾ ਜੀ। ਕਹਿ ਹੁਣ ਚੂਈ ਬਾਹਰ ਆਪਣਾ ਲਕਸ਼ਮੀ ਚੌਕ ਦੇ ਲਿਆਕਤ ਵਾਲੀ ਖਾ। ਮੈਨੂੰ ਕੀ ਆਈ, ਦਰਦ ਹੋ ਰਿਹਾ? ਮੈਂ ਨਾ ਇਹਨਾਂ ਦੀ ਮੱਝ ਚੁੰਗ ਲਈ ਏ, ਲਓ ਜਿਹਦੀ ਖਾਤਰ ਮੈਂ ਫੈਂਟਾ ਖਾ ਜਾਵਾਂਗੇ। ਉਹ ਪੈ ਗਏ ਹੈ ਹੈਂਜੀ, ਕੁਛ ਨੀ ਆਇਆ, ਅਸੀਂ ਵੱਡਾ ਕੁਛ ਵੇਚਣ ਲੱਗੇ ਹਾਂ। ਸੁਣਾ ਐਵੇਂ ਨਹੀਂ, ਪੁੱਤਰ ਮੈਂ ਕੀ ਹਾਂ ਉਹਦੇ ਅੱਗੇ? ਇਸੇ ਵਾਸਤੇ ਇਹ ਤੇ ਵਿਚਾਰੀ ਨੂੰ ਹੋਣਾ ਹੀ ਕੁਛ ਨਹੀਂ। ਇਹ ਤੇ ਨਿੱਕੀ ਜੀ ਹੁੰਦੀ ਸੀ, ਇਹਦੀ ਮਾਂ ਹਸਾਉਣ ਵਾਸਤੇ ਇਹਦੇ ਲੱਕ 'ਚ ਬਲਫਾ ਸੂਆ ਮਾਰਦੀ ਸੀ ਖਾਂ, ਤੇ ਫਿਰ ਅੱਧੇ ਘੰਟੇ ਬਾਅਦ ਕਰਦੀ ਸੀ। ਮਾਰ ਚਾਚਾ ਥੋੜੀ ਸਾਈਂ ਮਾਰ ਜੀ। ਦੇਖੋ ਮੇਰੀ ਗੱਲ ਸੁਣੋ, ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਵਾਸਤੇ ਹਰ ਕੰਮ ਦੀ ਰਿਹਰਸਲ ਹੁੰਦੀ ਹੈ, ਪ੍ਰੈਕਟਿਸ ਹੁੰਦੀ ਹੈ। ਸਹੀ ਗੱਲ, ਤੁਸੀਂ ਜਿਹੜਾ ਵੀ ਕੰਮ ਕਰੋ ਉਹਦੀ ਪਹਿਲੇ ਰਿਹਰਸਲ ਕਰੋ, ਉਹਦੀ ਪਹਿਲੇ ਪ੍ਰੈਕਟਿਸ ਕਰੋ। ਇਹ ਜੋ ਤੂੰ ਮਾਰ ਰਿਹਾ ਦੀ ਪਹਿਲੇ ਕੋਈ ਰਿਹਰਸਲ ਕੀਤੀ, ਪ੍ਰੈਕਟਿਸ ਕੀਤੀ? ਨਹੀਂ ਨਹੀਂ, ਬਸ ਮਹਿਲਾਂ ਦੇ ਆਸਰੇ ਤੋਂ ਮਾਰੀ ਜਾਂਦੇ। ਆ ਜਾ, ਮੈਨੂੰ ਪੈਣੀ ਹੈ? ਨਹੀਂ, ਰਿਹਰਸਲ। ਮੈਂ ਜ਼ਿੰਦਗੀ 'ਚ ਜਿੰਨੀ ਮਾਰ ਖਾਧੀ ਹੈ ਨਾ, ਕੱਖ ਵੀ ਨਹੀਂ। ਮਾਲਮ ਮਜ਼ਬੂਤੀ ਦੇ ਨਾਲ ਖਲੋ, ਤਗੜਾ ਹੋ ਗਏ। ਆ ਇੱਕ ਮਿੰਟ ਹੈ। ਸੱਟ ਨਹੀਂ ਲੱਗੀ? ਹਾਂ, ਕੀ
ਨਾਰ ਤੇ ਨਾਰ ਚੜ ਗਈ। ਓਏ ਫੂਕ ਮਾਰ, ਓਏ ਫੂਕ ਮਾਰ, ਓਏ ਫੂਕ ਮਾਰ, ਓਏ ਫੂਕ ਮਾਰ, ਥੱਲੇ ਕਰਕੇ ਫੂਕ ਮਾਰ, ਅੱਗੋ ਤੂੰ ਨਾ ਮਾਰ ਦੇਈ। ਇਸ ਵਜ੍ਹਾ ਤੋਂ ਆਕਰ ਜੀ ਬਸ ਓਕੇ ਓਵਰ ਦਾ ਟਾਈਮ ਜਗ੍ਹਾ ਲੱਭਦੇ ਹੋਣ। ਤੈਨੂੰ ਪਤਾ ਗਾਣਾ ਕਦੋਂ ਚੱਲਦਾ? ਨਹੀਂ, ਜਦੋਂ ਦੋ ਆਸ਼ਕ ਜੁਦਾ ਹੋ ਰਹੇ ਹੋ ਮੇਰੇ ਤੇ ਅਨੀ ਦੀ ਮੈਨੂੰ ਪੈਣ ਦੀ ਹੈ, ਤੈਨੂੰ ਆਪਣੇ ਮਾਰਦੀ ਪਈ ਹੈ। ਕੀ ਹੈ ਗੌਰ ਦਾ ਮੂੰਹ ਕਿਸੇ ਦੀ ਜੋੜੀ ਚ ਬੈਠਾ? ਇਹਦੀ ਬੀਬੀ ਨੇ ਕਹਿੰਦੀ ਜਾ ਬਜ਼ਾਰੋਂ ਪੈਂਪਰ ਲੈ ਕੇ ਆ, ਦੁਕਾਨ ਤੇ ਜਾ ਕੇ ਨਾ ਭੁੱਲ ਗਿਆ। ਕਹਿੰਦਾ ਭਾਜੀ ਆਪਣਾ ਨਾ ਕੀ ਕਹਿੰਦੇ ਨੇ ਇਹਦੀ ਕੇਸਿੰਗ ਦੇ ਦਿਓ ਜੀ।